ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਇਸ ਤੇ ਬਹੁਤ ਸਾਰੇ ਸਵਾਲ ਹਰ ਇੱਕ ਦੇ ਦਿਲੋ ਦਿਮਾਗ ਦੇ ਵਿੱਚ ਸਨ, ਜਿਸ ਨੂੰ ਲੈ ਕੇ ਥੋੜੇ ਥੋੜੇ ਇਹ ਸਵਾਲ ਜਿਹੜੇ ਨੇ ਉਹ ਕੁਝ ਸਾਫ਼ ਵੀ ਹੁੰਦੇ ਨਜ਼ਰ ਆਏ ਨੇ, ਹਾਲਾਂਕਿ ਕੁਝ ਅਜੇ ਵੀ ਸਵਾਲ ਸਵਾਲ ਹੀ ਨੇ। ਜਿਸ ਤਰੀਕੇ ਦੇ ਨਾਲ ਫੀਸ ਨੂੰ ਲੈ ਕੇ ਸਵਾਲ ਹੈ, ਅਜਿਹੇ ਹੀ ਹੋਰ ਕਈ ਸਵਾਲ ਨੇ ਕਿ ਕੀ ਕੁਝ ਜਿਹੜਾ ਉਹ ਮੁੱਲ ਲੱਗੇਗਾ ਇੱਕ ਸੰਗਤ ਦਾ ਦੂਸਰੇ ਪਾਸੇ ਜਾਣ ਦਾ, ਅਤੇ ਕਿੰਨੀਆਂ ਸੰਗਤਾਂ ਜਿਹੜੀਆਂ ਨੇ ਕੁੱਲ ਮਿਲਾ ਕੇ ਉੱਥੇ ਇੱਕ ਜਥੇ ਦੇ ਵਿੱਚ ਜਾ ਸਕਦੀਆਂ ਨੇ, ਕਿੰਨੇ ਸੰਗਤ ਜਿਹੜੀ ਹੈ ਉਹ ਇੱਕ ਦਿਨ ਦੇ ਵਿੱਚ ਉੱਥੇ ਜਾ ਕੇ ਦਰਸ਼ਨ ਕਰ ਸਕਦੀ। ਸੋ ਬਹੁਤ ਸਾਰੇ ਸਵਾਲ ਅਜੇ ਵੀ ਜਿਹੜੇ ਨੇ ਗੰਭੀਰ ਬਣੇ ਹੋਏਗੇ, ਪਰ ਖੁਸ਼ੀ ਦੀ ਖਬਰ ਹੈ, ਵੱਡੀ ਖਬਰ ਹੈ ਕਿ 8 ਨਵੰਬਰ ਦਾ ਦਿਨ ਤੈਅ ਕੀਤਾ ਗਿਆ, ਯਾਨੀ ਕਿ ਕੁੱਲ ਮਿਲਾ ਕੇ ਅੱਜ ਤੋਂ ਕਰੀਬ 20-25 ਦਿਨ ਜਿਹੜੇ ਨੇ ਉਹੀ ਬਾਕੀ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਵਿੱਚ। 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਦਰਸ਼ਨ ਹੋ ਸਕਣਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਵੱਲੋਂ ਦਿੱਤੀ ਗਈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ PM ਮੋਦੀ ਇਸ ਕਰਤਾਰਪੁਰ ਲਾਂਘੇ ਦਾ ਇਤਿਹਾਸਿਕ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਅਤੇ ਨਾਲ ਹੀ ਉੱਥੇ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਜਿਹੜੀਆਂ ਨੇ ਉਹ ਵੀ ਪਹੁੰਚਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ 9 ਨਵੰਬਰ ਦਾ ਦਿਨ ਤੈਅ ਕੀਤਾ ਗਿਆ ਸੀ ਅਤੇ 9 ਨਵੰਬਰ ਤੋਂ ਬਾਅਦ ਹੁਣ ਫਿਰ ਇਹ ਖਬਰ ਆਈ। ਇਹ ਵੀ ਦੱਸ ਦਈਏ ਕਿ ਬੀਤੇ ਤੋਂ ਬੀਤੇ ਦਿਨ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਹਨਾਂ ਨੇ ਅਜੇ ਤੱਕ ਕਿਹਾ ਕਿ ਅਜੇ ਤੱਕ ਕੋਈ ਤਰੀਕ ਜਿਹੜੀ ਹੈ ਉਹ ਨਹੀਂ ਤੈਅ ਕੀਤੀ ਗਈ ਅਤੇ ਇਹਨਾਂ ਨੇ ਇਹ ਵੀ ਨਾਲ ਹੀ ਕਿਹਾ ਸੀ ਕਿ ਇਹ ਅਹਿਮ ਗੱਲ ਕਿ ਅਜੇ ਤੱਕ ਤਰੀਕ ਨਹੀਂ ਤੈਅ ਕੀਤੀ ਗਈ, ਪਰ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਲਾਂਘਾ ਖੁੱਲ੍ਹੇਗਾ ਹੀ ਖੁੱਲ੍ਹੇਗਾ। ਇਹ ਵੀ ਉਹਨਾਂ ਨੇ ਬਿਆਨ ਦਿੱਤਾ ਸੀਗਾ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ, ਇਸ ਦੇ ਵਿੱਚ ਕੋਈ ਡਬਲ ਮਾਈਂਡਿਡ ਨਹੀਂ ਕਿ ਕਰਤਾਰਪੁਰ ਲਾਂਘਾ ਨਹੀਂ ਖੁੱਲ੍ਹੇਗਾ ਖੁੱਲ੍ਹੇਗਾ। ਸਾਫ਼ ਤੌਰ 'ਤੇ ਇਹਨਾਂ ਨੇ ਕਿਹਾ ਕਿ ਖੁੱਲ੍ਹੇਗਾ ਜ਼ਰੂਰ, ਪਰ ਅਜੇ ਤਾਰੀਖ ਤੈਅ ਨਹੀਂ ਹੈ। ਪਾਕਿਸਤਾਨ ਦੇ ਵੱਲੋਂ ਇਹ ਬਿਆਨ ਆਇਆ ਸੀ, ਪਰ ਹੁਣ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਟਵੀਟ ਦੇ ਜ਼ਰੀਏ। ਇਹ ਬਿਆਨ ਦਿੱਤਾ ਅਤੇ ਉਹਨਾਂ ਕਿਹਾ ਕਿ PM ਮੋਦੀ ਜਿਹੜੇ ਨੇ ਉਹ 8 ਨਵੰਬਰ ਨੂੰ ਆਉਣਗੇ। 8 ਨਵੰਬਰ ਨੂੰ ਆ ਕੇ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਜਾਏਗਾ ਕਰਤਾਰਪੁਰ ਲਾਂਘੇ ਦਾ। ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਗਤਾਂ ਉਡੀਕ ਰਹੀਆਂ ਨੇ। ਇਸ ਖਬਰ ਤੇ ਹੋਰ ਜਾਣਕਾਰੀ ਲਈ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਗੁਰਦਾਸਪੁਰ ਤੋਂ ਭੋਪਾਲ ਸਿੰਘ ਜੀ। ਭੋਪਾਲ ਤੋਂ ਜਾਣਾ ਚਾਹਾਂਗੇ ਵਿਸਤਾਰ ਦੇ ਵਿੱਚ। ਕਰਤਾਰਪੁਰ ਲਾਂਘੇ ਨੂੰ ਲੈ ਕੇ ਲਗਾਤਾਰ ਉਡੀਕ ਕੀਤੀ ਜਾ ਰਹੀ ਸੀ, ਹਾਲਾਂਕਿ ਪਹਿਲਾਂ 9 ਨਵੰਬਰ ਤਰੀਕ ਸਾਹਮਣੇ, ਪਰ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਤਰੀਕ ਦਾ ਐਲਾਨ ਜਿਹੜਾ ਟਵਿੱਟਰ ਦੇ ਜ਼ਰੀਏ ਕੀਤਾ ਗਿਆ ਕਿ 8 ਨਵੰਬਰ ਨੂੰ PM ਮੋਦੀ ਵੱਲੋਂ ਲਾਂਘਾ ਖੋਲ੍ਹਿਆ ਜਾਏਗਾ। ਕੀ ਕੁਝ ਕਹੋਗੇ? ਹਾਂਜੀ ਬਿਲਕੁਲ ਗੁਰਜੋਤ, ਇਹ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 9 ਨਵੰਬਰ ਨੂੰ ਇਹ ਲਾਂਘਾ ਜਿਹੜਾ ਖੋਲ੍ਹ ਦਿੱਤਾ ਜਾਵੇਗਾ, ਕਿਉਂਕਿ ਪਾਕਿਸਤਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ 9 ਨਵੰਬਰ ਨੂੰ ਅਸੀਂ ਲਾਂਘਾ ਖੋਲ੍ਹ ਦਿਆਂਗੇ। ਪਰ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਦੇ ਜ਼ਰੀਏ ਇਹ ਦੱਸਿਆ ਹੈ ਕਿ 8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਪਹੁੰਚਣਗੇ ਅਤੇ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਨੂੰ ਖੋਲ੍ਹਣਗੇ, ਤਾਂ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਗੁਰਜੋਤ ਉਹ ਵੀ ਪੂਰੀ ਤੇਜ਼ੀ ਨਾਲ ਚੱਲਦੀਆਂ ਦਿਖਾਈ ਦੇ ਰਹੀਆਂ ਨੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਮਜ਼ਦੂਰ ਲੱਗੇ ਹੋਏ ਨੇ, ਜਿਹੜੇ ਕੰਪਨੀਆਂ ਨੂੰ ਠੇਕੇ ਦਿੱਤੇ ਗਏ ਨੇ ਉਸ ਨੂੰ ਤਿਆਰ ਕਰਨ ਵਾਸਤੇ ਕੋਰੀਡੋਰ ਨੂੰ, ਉਸ ਕੰਪਨੀ ਦੇ ਅਧਿਕਾਰੀ ਵੀ ਉੱਥੇ ਮੌਜੂਦ ਰਹਿੰਦੇ ਨੇ। ਰੋਜ਼ਾਨਾ ਹੀ ਹਰ ਦੂਜੇ ਜਾਂ ਤੀਸਰੇ ਦਿਨ ਉੱਥੇ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ। ਪੰਜਾਬ ਸਰਕਾਰ ਦੇ ਮੰਤਰੀ ਵੀ ਉੱਥੇ, ਜੋ ਵਿਧਾਇਕ ਨੇ ਡੇਰਾ ਬਾਬਾ ਨਾਨਕ ਤੋਂ ਕੇਂਦਰੀ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਤਾਂ ਜਿਹੜੀਆਂ ਅਧਿਕਾਰੀਆਂ ਦਾ ਵੱਲੋਂ ਕੰਮ ਉੱਥੇ ਸ਼ੁਰੂ ਕੀਤਾ ਗਿਆ ਹੈ, ਕੰਮ ਵੱਡੇ ਲੈਵਲ 'ਤੇ ਚੱਲਦਾ ਦਿਖਾਈ ਦੇ ਰਿਹਾ, ਦਿਨ ਰਾਤ ਕੰਮ ਚੱਲ ਰਿਹਾ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 30 ਅਕਤੂਬਰ ਤੱਕ ਇਹ ਕੰਮ ਜਿਹੜਾ ਹੈ ਉਹ ਮੁਕੰਮਲ ਕਰਕੇ ਲਾਂਘਾ ਖੋਲ੍ਹ ਦਿੱਤਾ ਜਾਵੇਗਾ 9 ਨਵੰਬਰ ਤੋਂ ਪਹਿਲਾਂ। ਲੱਗਦਾ ਉਹ ਤਿਆਰੀਆਂ ਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ, ਜਿੰਨੇ ਕਰਮਚਾਰੀ ਉੱਥੇ ਵਰਕਰ ਲੱਗੇ ਹੋਏ ਨੇ ਕੰਮ ਨੂੰ, ਕਿਉਂਕਿ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਭਾਰਤ ਵਾਲੇ ਪਾਸੇ ਜ਼ਿਆਦਾ ਕੰਮ ਹੈ,
ਇਸ ਕਰਕੇ ਉਹ ਹੌਲੀ ਚੱਲ ਰਿਹਾ, ਜਿਸ ਨੂੰ ਲੈ ਕੇ ਸਵਾਲੀ ਨਿਸ਼ਾਨ ਵੀ ਲੱਗ ਰਿਹਾ ਸੀ। ਤੁਹਾਨੂੰ ਕੀ ਲੱਗਦਾ, ਤੁਸੀਂ ਜ਼ਮੀਨੀ ਹਕੀਕਤ ਉੱਥੇ ਦੇਖੀ ਹੈ, ਸਭ ਕੁਝ ਮੁਕੰਮਲ ਹੋ ਜਾਏਗਾ, ਸਾਰੀਆਂ ਤਿਆਰੀਆਂ? ਜੀ ਬਿਲਕੁਲ ਗੁਰਜੋਤ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਉੱਥੇ ਦਫ਼ਤਰ ਬਣ ਰਹੇ ਨੇ ਜਾਂ ਜਿਹੜੇ ਉੱਥੇ ਕਸਟਮ ਵਿਭਾਗ ਦੇ ਦਫ਼ਤਰ ਬਣਨਗੇ, ਦੂਸਰੇ ਹੋਰ ਅਧਿਕਾਰੀਆਂ ਦੇ ਦਫ਼ਤਰ ਬਣਨਗੇ, ਉਹਨਾਂ ਦਾ ਕੰਮ ਵੀ ਚੱਲ ਰਿਹਾ ਹੈ। ਜਿਹੜੀ ਮੇਨ ਸੜਕ ਹੈ ਜਿਸ ਦੇ ਰਸਤੇ ਸਰਹੱਦ ਤੱਕ ਪਹੁੰਚਿਆ ਜਾਵੇਗਾ, ਉਸ ਸੜਕ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ। ਜਿਹੜੇ ਉੱਥੇ ਫਲਾਈਓਵਰ ਬਣਨਾ ਸੀ, ਉਹ ਫਲਾਈਓਵਰ ਵੀ ਭਾਰਤ ਵਾਲੇ ਪਾਸੇ ਬਣ ਰਿਹਾ ਪਰ ਪਾਕਿਸਤਾਨ ਵਾਲੇ ਪਾਸੇ ਹਾਲੇ ਨਹੀਂ ਬਣਿਆ, ਤੇ ਇਸ ਕਰਕੇ ਉਸ ਫਲਾਈਓਵਰ ਦੇ ਨਾਲ ਨਾਲ ਇੱਕ ਲਿੰਕ ਰੋਡ ਦਿੱਤੀ ਜਾਵੇਗੀ ਜਿਹੜੀ ਸਰਹੱਦ ਪਾਰ ਤੱਕ ਜਾਵੇਗੀ, ਤਾਂ ਉਸੇ ਤਰੀਕੇ ਨਾਲ ਹੀ ਪਾਕਿਸਤਾਨ ਦੇ ਵੱਲੋਂ ਵੀ ਲਿੰਕ ਰੋਡ ਜਿਹੜੀ ਹੈ ਉਹ ਸਰਹੱਦ ਤੱਕ ਲਿਆਂਦੀ ਜਾਵੇਗੀ, ਜਿਸ ਦੇ ਰਸਤੇ ਜਿਹੜਾ ਲੰਘ ਜਦੋਂ ਖੁੱਲੇਗਾ ਉਸ ਦੇ ਰਸਤੇ ਹੀ ਸ਼ਰਧਾਲੂ ਜਿਹੜੇ ਨੇ ਉਹ ਕਰਤਾਰਪੁਰ ਸਾਹਿਬ ਪਾਕਿਸਤਾਨ ਪਹੁੰਚਣਗੇ, ਉੱਥੇ ਜਾ ਕੇ ਦਰਸ਼ਨ ਕਰਨਗੇ। ਬਾਕੀ ਜਿਹੜੀ ਤਿਆਰੀਆਂ ਅਗਰ ਸ਼ਰਧਾਲੂ ਸਮੇਂ ਦੀ ਘਾਟ ਕਾਰਨ ਤੁਹਾਨੂੰ ਰੋਕਣਾ ਚਾਹਾਂਗੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ, ਤੇ ਸਿੱਧਾ ਜ਼ਿਮਨੀ ਚੋਣਾਂ ਦੇ ਵੱਲ ਰੁਕਰਾਂਗੇ, ਤੇ ਨਾਲ ਹੀ ਗੱਲਬਾਤ ਕਰ ਰਹੇ ਨੇ ਦਾਖਾ ਤੋਂ ਹਰਸਿਮਰਤ ਕੌਰ ਬਾਦਲ, ਆ ਚੋਣ ਪ੍ਰਚਾਰ ਦੇ ਲਈ ਪਹੁੰਚੇ ਹੋਏ ਨੇ। ਕਾਰ ਨਹੀਂ ਸਕਦਾ, ਮੈਂ ਅੱਜ ਆਸ ਲੈ ਕੇ ਆਈ ਹਾਂ ਕਿ ਝੂਠ ਤੇ ਫਰੇਬ ਤੋਂ ਆਪਾਂ ਸਾਰੇ ਤੰਗ ਹਾਂ। ਜੇ ਮੈਂ ਗੱਲ ਕਰਾਂ ਅੱਜ ਇੰਨੀ ਭਰੀ ਸੰਗਤ ਨੂੰ ਮੈਂ ਪੁੱਛਾਂ, ਕਿਉਂਕਿ ਮੈਂ ਆਪਣੇ ਇਲਾਕੇ ਤੋਂ ਤਾਂ ਪੁੱਛਦੀ ਰਹਿੰਦੀ, ਅੱਜ ਮੈਨੂੰ ਮੌਕਾ ਮਿਲਿਆ ਕਿ ਤੁਹਾਨੂੰ ਵੀ ਮੈਂ ਪੁੱਛਾਂ, ਉਹ ਕਿਹੜਾ ਵਾਅਦਾ ਹੈਗਾ ਕਾਂਗਰਸ ਸਰਕਾਰ ਦਾ ਜਿਹੜਾ ਸੱਤਾ ਵਿੱਚ ਆਉਣ ਤੋਂ ਪਹਿਲੇ ਕੈਪਟਨ ਸਾਹਿਬ ਨੇ ਸੂਬੇ ਭਰ ਦੀ ਜਨਤਾ ਦੇ ਨਾਲ ਹਰੇਕ ਵਰਗ ਦੇ ਨਾਲ ਕਿਹੜਾ ਵਾਅਦਾ ਕੀਤਾ, ਜਿਹੜਾ ਅੱਜ 2.5 ਸਾਲ ਨਿਕਲਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਇਸ ਕਾਂਗਰਸ ਸਰਕਾਰ ਨੇ ਆਹ ਵਾਅਦਾ ਕੀਤਾ ਤੇ ਆਹ ਵਾਅਦਾ ਪੂਰਾ ਕੀਤਾ। ਮੈਨੂੰ ਇੱਕ ਵਾਅਦਾ ਦੱਸ ਦਿਓ ਕਿ ਇਸ ਸੰਗਤ ਵਿੱਚ ਇੱਕ ਵੀ ਕਿਸਾਨ ਹੈਗਾ ਜਿੱਥੇ ਹਰ ਕਿਸਾਨ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ? ਮੈਨੂੰ ਇੱਕ ਕਿਸਾਨ ਤੁਸੀਂ ਆਪਣੇ ਪਿੰਡ 'ਚ ਦਿਖਾ ਦਿਓ ਜਿਹਦਾ ਸਾਡਾ ਸਾਰਾ ਕਰਜ਼ਾ ਮਾਫ਼ ਕੀਤਾ। ਕੀ ਤੁਹਾਡੇ ਜਾਣ ਪਹਿਚਾਣ 'ਚ ਕੋਈ ਇਹੋ ਜਿਹਾ ਕਿਸਾਨ ਹੈ ਪੂਰੇ ਸੂਬੇ ਵਿੱਚ ਜਿਹਦਾ ਕਿਸਾਨੀ ਦਾ ਸਾਰਾ ਕਰਜ਼ਾ ਮਾਫ਼ ਹੋਇਆ? ਕਿਹੜਾ ਨੌਜਵਾਨ ਹੈ ਤੁਹਾਡੇ ਇਸ ਨਗਰ ਵਿੱਚ, ਇਸ ਮਹਾਂ ਵਾਅਦਿਆਂ ਨੂੰ ਲੈ ਕੇ ਲਗਾਤਾਰ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਹਰਸਿਮਰਤ ਕੌਰ ਬਾਦਲ ਵੱਲੋਂ? ਦਾਖਾ ਦੇ ਵਿੱਚ ਪਹੁੰਚੇ ਹੋਏ ਨੇ ਤੇ ਮਨਪ੍ਰੀਤ ਤਿਆਲੀ ਉਹਨਾਂ ਦੇ ਨਾਲ ਸਟੇਜ ਤੇ ਮੌਜੂਦ ਨੇ, ਤੇ ਨਾਲ ਹੀ ਹੋਰ ਅਕਾਲੀ ਵਰਕਰ ਜਿਹੜੇ ਨੇ ਉਹ ਵੀ ਮੌਜੂਦ ਨੇ, ਤੇ ਲਗਾਤਾਰ ਸਵਾਲਾਤ ਪੁੱਛੇ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ, ਮੁੱਖ ਮੰਤਰੀ ਸਾਹਿਬ ਤੋਂ, ਕਿ ਜਿਹੜੇ 2.5 ਸਾਲ ਪਹਿਲਾਂ ਵਾਅਦੇ ਕੀਤੇ ਗਏ ਸਨ ਸਭ ਕਿਸਾਨਾਂ ਦੇ ਨਾਲ, ਸਭ ਲੋਕਾਂ ਦੇ ਨਾਲ, ਉਹ ਪੂਰੇ ਕਿਉਂ ਨਹੀਂ ਕੀਤੇ ਗਏ? ਕਿਉਂਕਿ ਕੜੀ ਟੱਕਰ ਹੈ ਇੱਥੇ, ਉਸ ਨੂੰ ਲੈ ਕੇ ਲਗਾਤਾਰ ਵਾਅਦੇ ਯਾਦ ਕਰਾਏ ਜਾ ਰਹੇ ਨੇ ਸਰਕਾਰ। ਜੇ ਤੁਸੀਂ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ, ਇਸ ਨੂੰ ਲੈ ਕੇ ਸੰਬੋਧਨ ਕਰ ਰਹੇ ਨੇ ਦਾਖਾ ਦੇ ਵਿੱਚ ਹਰਸਿਮਰਤ ਕੌਰ ਬਾਦਲ, ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕਿਉਂਕਿ ਜ਼ਿਮਨੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ। ਉਮੀਦਵਾਰ ਐਲਾਨਣ ਤੋਂ ਬਾਅਦ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਦੇ ਹੱਕ ਦੇ ਵਿੱਚ, ਜਿੱਥੇ ਇੱਕ ਪਾਸੇ ਬਿਕਰਮ ਮਜੀਠੀਆ ਪਹੁੰਚੇ ਹੋਏ ਨੇ ਤੇ ਉਸਦੇ ਦੂਸਰੇ ਪਾਸੇ ਦਾਖਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਪਹੁੰਚੇ ਹੋਏ ਨੇ ਜੋ ਕਿ ਚੋਣ ਪ੍ਰਚਾਰ ਕਰ ਰਹੇ ਨੇ ਤੇ ਯਾਦ ਕਰਵਾ ਰਹੇ ਨੇ ਕੈਪਟਨ ਸਾਹਿਬ ਨੂੰ ਉਹਨਾਂ ਦੇ ਵਾਅਦਿਆਂ ਨੂੰ। ਵਾਅਦੇ ਜੋ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ। ਕਿਸਾਨ, ਇੱਕ ਵੀ ਕਿਸਾਨ ਦੱਸ ਦੇਵੇ ਜਿਸਦਾ ਵਾਅਦਾ ਪੂਰਾ ਹੋਇਆ।